ਡਿਵਾਈਸ ਦੇ ਨੂੰ ਫਿਲਹਾਲ ਦੋ ਤਰ੍ਹਾਂ ਦੇ ਪਾਸਵਰਡ ਲਗਾਏ ਹੋਏ ਨੇ। ਪਹਿਲਾ ਪਾਸਵਰਡ ਮੇਰਾ ਹੈਗਾ 6644। ਇਸ ਨੂੰ ਪਹਿਲੇ ਪਾਸਵਰਡ ਨੂੰ ਅਨਲੌਕ ਕਰਤਾ ਜੀ, ਪਰ ਪਹਿਲੇ ਪਾਸਵਰਡ ਦੇ ਨਾਲ ਵੀ ਇਸ ਡਿਵਾਈਸ ਨੂੰ ਫੁੱਲੀ ਖੋਲ੍ਹ ਨਹੀਂ ਸਕਾਂਗੇ, ਕਿਉਂਕਿ ਇਸਨੂੰ ਡਿਵਾਈਸ ਨੂੰ ਅਨਲੌਕ ਕਰਨ ਲਈ ਦੂਸਰਾ ਪਾਸਵਰਡ ਵੀ ਭਰਨਾ ਬਹੁਤ ਜ਼ਰੂਰੀ ਹੈ। ਇਹਦਾ ਦੂਸਰਾ ਪਾਸਵਰਡ ਹੈਗਾ ਜੀ 5533। ਇਸਦਾ ਦੂਸਰਾ ਪਾਸਵਰਡ ਅਨਲੌਕ ਹੋਣ ਦੇ ਬਾਅਦ ਹੀ ਇਸ ਡਿਵਾਈਸ ਨੂੰ ਫੁੱਲੀ ਅਨਲੌਕ ਕੀਤਾ ਜਾ ਸਕਦਾ ਜੀ। ਅਤੇ ਇਸ ਨੂੰ ਜਦ ਤੱਕ ਪਾਸਵਰਡ ਇਹਦਾ ਲੱਗਿਆ ਹੋਇਆ ਓਪਨ ਹੈ, ਉਸ ਤੋਂ ਬਾਅਦ ਇਸ ਨੂੰ ਕਿੰਨੀ ਵਾਰੀ ਵੀ ਖੋਲ੍ਹ ਜਾਂ ਬੰਦ ਕਰ ਸਕਦੇ ਹਾਂ। ਇਸ ਦੇ ਕਰਪਟ ਆਪਸ਼ਨ ਦੇ ਪਾਸਵਰਡ ਤਾਂ ਨਾਲ ਇਸ ਨੂੰ ਸਰ ਮੈਂ ਪਲੰਬਰ ਦਾ ਇਲੈਕਟ੍ਰੀਕਲ ਦਾ ਯਾਨੀ ਕਿ ਫਿਟਿੰਗਸ ਵਗੈਰਾ ਕਰਨਾ। ਮੇਰੀ ਕੁਆਲੀਫਿਕੇਸ਼ਨ ਜੀ ਪਲੱਸ 2 ਹੈ ਜੀ। ਇਹ ਇੱਕ ਸਿਕਿਉਰਿਟੀ ਡਿਵਾਈਸ ਪ੍ਰੋਜੈਕਟ ਹੈ ਜੀ, ਜਿਸ ਨੂੰ ਇੱਕ ਐਸੇ ਤਰੀਕੇ ਨਾਲ ਬਣਾਇਆ ਗਿਆ ਕਿ ਇਸ ਦਾ ਤੋੜਨ ਦਾ ਇਸਦਾ ਪਾਸਵਰਡ ਨੂੰ ਹੈਕ ਕਰਨ ਦਾ ਕੋਈ ਸ਼ੋਰਟਕੱਟ ਨਹੀਂ ਹੈ। ਇਸ ਨੂੰ ਬਿਨਾਂ ਇਸਦੇ ਸਹੀ ਪਾਸਵਰਡ ਦੇ ਕਿਸੇ ਵੀ ਤਰ੍ਹਾਂ ਨਾਲ ਹੈਕ ਨਹੀਂ ਕੀਤਾ ਜਾ ਸਕਦਾ, ਨਾ ਹੀ ਇਸਦਾ ਸਿਕਿਉਰਿਟੀ ਪਾਸਵਰਡ ਤੋੜਿਆ ਜਾ ਸਕਦਾ। ਪਰ ਤੁਸੀਂ ਜਿਵੇਂ ਆਪਣੇ ਹੋਮ ਸਿਕਿਉਰਿਟੀ ਅਤੇ ਆਪਣੇ ਜਿਵੇਂ ਬੈਂਕ ਲੋਕਰ ਹੋ ਗਏ ਅਤੇ ਕਾਰਸ ਵਗੈਰਾ ਅਤੇ ਆਪਣੇ ਕਿਸੇ ਵੀ ਯਾਨੀ ਕਿ ਆਪਣੇ ਸੇਫ ਜਾਂ ਕੋਈ ਵੀ ਆਪਾਂ ਲੋਕਰ ਜਿਸ 'ਤੇ ਆਪਾਂ ਵੀ ਜ਼ਿਆਦਾ ਸਿਕਿਉਰਿਟੀ ਚਾਹੀਦੀ ਆ ਉਸ 'ਤੇ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ। ਕਿੰਨਾ ਖਰਚਾ ਆਇਆ ਜੀ ਇਸ ਵਾਸਤੇ? ਇਸ ਦਵਾਈ 'ਤੇ ਜੀ ਮੇਰਾ ਆਪਣਾ 4-5 ਹਜ਼ਾਰ ਰੁਪਇਆ ਖਰਚਾ ਆ ਚੁੱਕਿਆ। ਹੋਰ ਇਹਦੇ ਬਾਰੇ ਕੀ ਦੱਸਣਾ ਚਾਹੋਗੇ? ਇਸ ਦੇ ਬਾਰੇ ਇੱਕ ਇਹੀ ਖਾਸੀਅਤ ਆਈ ਕਿ ਇਸ ਨੂੰ ਆਪਾਂ ਵਿਦਾਊਟ ਐਨੀ ਸੋਫਟਵੇਅਰ ਕਿਸੇ ਵੀ ਸੋਫਟਵੇਅਰ ਤਕਨੀਕ ਨਾਲ ਤਿਆਰ ਨਹੀਂ ਕੀਤਾ ਗਿਆ, ਜਿਸ ਦੇ ਯਾਨੀ ਕਿ ਇਸ ਦੇ ਹੈਕ ਹੋਣ ਦੇ 0% ਚਾਂਸ ਹੈ। ਕੋਈ ਕੰਪਨੀ ਵਗੈਰਾ ਨੇ ਵੀ ਤੁਹਾਨੂੰ ਮਤਲਬ ਕਿ ਕੋਈ ਬੁਲਾਇਆ ਜਾਂ ਕੋਈ ਪੇਸ਼ਕਸ਼ ਕੀਤੀ? ਨਹੀਂ ਜੀ, ਹਜੇ ਤੱਕ ਤਾਂ ਹੈ, ਵੈਸੇ ਇਸ ਨੂੰ ਸ਼ੋ ਆਫ ਨਹੀਂ ਇੰਨਾ ਮੈਂ ਕੀਤਾ ਅਤੇ ਇਸ ਤੋਂ ਬਾਅਦ ਯਾਨੀ ਕਿ ਮੈਨੂੰ ਉਮੀਦ ਆ ਵੀ ਕੰਪਨੀਆਂ ਇਸ ਨੂੰ ਆਪਣੇ ਲਈ ਕੰਮ ਲਈ ਯੂਜ਼ ਕਰਨਗੀਆਂ। ਸਰ ਇਹ ਮੈਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਹਨਾਂ ਚੀਜ਼ਾਂ ਦਾ ਸ਼ੌਂਕ ਰਿਹਾ। ਮੈਂ ਕੋਈ ਸਾਇੰਸ 'ਚ ਜ਼ਿਆਦਾ ਰੁਚੀ ਰੱਖਦਾ ਸੀਗਾ ਵੀ ਮੈਂ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਯਾਨੀ ਕਿ ਇੱਕ ਤਜਰਬੇ ਕਰ ਕਰਕੇ। ਸਰ ਇਹਦੇ ਬਾਰੇ ਹੀ ਮੈਂ ਅੱਜ ਤੋਂ 2 ਸਾਲ ਪਹਿਲਾਂ ਹੀ ਇੱਕ ਕਾਰ ਕਰੂਜ਼ ਤਿਆਰ ਕੀਤਾ ਸੀ ਜਿਹੜਾ ਆਪਣੇ ਫਿਊਚਰ ਦੀਆਂ ਗੱਡੀਆਂ ਦੇ ਵਿੱਚ ਯਾਨੀ ਕਿ ਵਿਦਾਊਟ ਪਾਇਲਟ ਗੱਡੀਆਂ ਦੇ ਵਿੱਚ ਯੂਜ਼ ਆ ਸਕਦਾ ਸੀਗਾ। ਉਹ ਕਾਰ ਕਰੂਜ਼ ਨੂੰ ਮੈਂ ਫੇਸਬੁੱਕ ਦੇ ਉੱਤੇ ਪਾਇਆ ਸੀਗਾ ਜੀ, ਅਤੇ ਉਸ ਤੋਂ ਬਾਅਦ ਮੈਨੂੰ ਫੋਨ ਆਉਣੇ ਸ਼ੁਰੂ ਹੋਏ ਅਤੇ ਉਸ ਤੋਂ ਕਿਸੇ ਨੇ ਮੈਨੂੰ ਰਾਏ ਦਿੱਤੀ ਸੀ ਵੀ ਕੋਈ ਇਸ ਤਰ੍ਹਾਂ ਦੀ ਤਕਨੀਕ ਬਣਾ ਵੀ ਜਿਸ ਨੂੰ ਕਿ ਹੈਕ ਨਾ ਕਰ ਸਕੇ, ਯਾਨੀ ਕਿ ਸੋਫਟਵੇਅਰ ਤਕਨੀਕ ਨਾਲ ਬਣਾਏ ਹੋਏ ਹਰੇਕ ਪਾਸਵਰਡ ਸਿਸਟਮ ਹੈਕ ਹੋ ਜਾਂਦੇ ਜੀ। ਅਤੇ ਇਹ ਇੱਕ ਐਸਾ ਸਿਸਟਮ ਤਿਆਰ ਕੀਤਾ ਵੀ ਜਿਸ ਨੂੰ ਕੋਈ ਹੈਕ ਨਹੀਂ ਕਰ ਸਕਦਾ। ਅਤੇ ਇਸ ਦੀ ਇਹ ਵੀ ਖਾਸੀਅਤ ਹੈ ਜੀ ਜਿਵੇਂ ਆਪਣਾ ਕੋਈ ਰਿਮੋਟ ਗੁੰਮ ਹੋ ਜਾਂਦਾ, ਕੀਬੋਰਡ ਗੁੰਮ ਹੋ ਜਾਂਦੀ ਹੈ ਜੀ ਇਸ ਦੇ ਪਾਸਵਰਡ ਦੀ, ਅਤੇ ਆਪਣੇ ਆਪਾਂ ਕਿਸੇ ਯਾਨੀ ਕਿ ਯਾਰ ਦੋਸਤ ਤੋਂ ਉਸਦਾ ਕੀਬੋਰਡ ਲੈ ਕੇ ਯੂਜ਼ ਕਰਕੇ ਆਪਣੇ ਪਾਸਵਰਡ ਦੇ ਨਾਲ ਇਸ ਡਿਵਾਈਸ ਨੂੰ ਅਨਲੌਕ ਕਰ ਸਕਦੀ ਹੈ। ਰਾਮਿਆਂ ਦਾ ਜੀ ਆਪਣੇ ਸੁਖਵਿੰਦਰ ਸਿੰਘ ਪਿੰਡ ਰਾਮਿਆਂ ਤੋਂ ਬਿਲੋਂਗ ਕਰਦੇ ਜੀ। ਇਹਨਾਂ ਨੇ ਕਈ ਇਹੋ ਜਿਹੀਆਂ ਡਿਵਾਈਸਾਂ ਬਣਾਈਆਂ ਜਿਹੜੀਆਂ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੜ੍ਹਦੇ ਬੱਚੇ ਵੀ ਨਹੀਂ ਬਣਾ ਸਕਦੇ। ਪਲੱਸ ਟੂ ਐਜੂਕੇਸ਼ਨ ਇਹਨੇ ਪਲੱਸ ਟੂ ਤੀਕਰ ਹਾਸਲ ਕੀਤੀ ਹੈ, ਅਤੇ ਮੈਂ ਚਾਹੁੰਦਾ ਜੀ ਵੀ ਇਹੋ ਜਿਹੇ ਜਿਹੜੇ ਬੱਚੇ ਆ ਜਿਹੜੇ ਇੰਨੀ ਕਾਬਲੀਅਤ ਰੱਖਦੇ ਆ
ਸਰਕਾਰਾਂ ਜੇਕਰ ਇਹਨਾਂ ਦੀ ਮਦਦ ਕਰਨ ਤਾਂ ਬਹੁਤ ਵੱਡੇ ਮੁਕਾਮ ਤੱਕ ਪਹੁੰਚ ਸਕਦੇ, ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹੈ। ਪਰ ਅੱਜ ਕੱਲ੍ਹ ਦੀਆਂ ਸਰਕਾਰਾਂ ਇਹਨਾਂ ਦਾ ਇਹੋ ਜਿਹੜੇ ਬੱਚੇ ਹੈ ਜਿਹੜੇ ਕਾਬਲੀਅਤ ਰੱਖਦੇ ਆ ਉਹ ਇਹਨਾਂ ਦੀ ਮਦਦ ਨਹੀਂ ਕਰ ਰਹੀਆਂ। ਅਤੇ ਮੇਰੀ ਅਪੀਲ ਆ ਸਰਕਾਰ ਨੂੰ ਅਤੇ ਹੋਰ ਕੰਪਨੀਆਂ ਜੋ ਵੀ ਇਹਦੇ ਪ੍ਰੋਜੈਕਟ ਨੂੰ ਜਿਹੜਾ ਲਾਹੇਬੰਦ ਉਹਨਾਂ ਵਾਸਤੇ ਹੋ ਸਕਦਾ ਵੀ ਉਹ ਜ਼ਰੂਰ ਇਹਨਾਂ ਤੱਕ ਪਹੁੰਚ ਕਰਨ ਅਤੇ ਇਹਦੀ ਸਹਾਇਤਾ ਕਰਨ। ਠੀਕ, ਧਰਮਜੀਤ ਸਿੰਘ ਜੀ ਮੇਰਾ ਨਾਂ ਹੈ। ਹਾਂਜੀ। ਅਤੇ ਬਾਈ ਸੁਖਵਿੰਦਰ ਜੀ ਪਿੰਡ ਰਾਮਿਆਣਾ ਦਾ ਰਹਿਣ ਵਾਲਾ। ਅਤੇ ਇਹਨੂੰ ਇਸ ਤੋਂ ਪਹਿਲਾਂ ਵੀ ਬਹੁਤ ਸ਼ੌਕ ਹੈ, ਇਸੇ ਤਰ੍ਹਾਂ ਦੀਆਂ ਨੇ ਕਈ ਡਿਵਾਈਸ ਤਿਆਰ ਕੀਤੇ ਆ ਜੀ। ਅਤੇ ਜਿਸ ਤਰ੍ਹਾਂ ਹੁਣ ਇਸਨੇ ਡਿਵਾਈਸ ਤਿਆਰ ਕੀਤਾ, ਸਾਨੂੰ ਉਮੀਦ ਆ ਵੀ ਇਹ ਇੱਕ ਨਾ ਇੱਕ ਦਿਨ ਸਾਡੇ ਪਿੰਡ ਦਾ ਜਿਹੜਾ ਨਾਂ ਰੋਸ਼ਨ ਕਰੂਗਾ। ਇਹ ਗਰੀਬ ਘਰ ਦਾ ਬੱਚਾ, ਇਹਦੇ ਕੋਲ ਇੰਨੀ ਪੂੰਜੀ ਨਹੀਂ ਹੁੰਦੀ ਵੀ ਜਿੰਨੀ ਕਿ ਇਹ ਆਪਦਾ ਕੋਈ ਵੀ ਸਿਸਟਮ ਜੇ ਕੋਈ ਤਿਆਰ ਕਰਨਾ ਚਾਹੇ ਉਹ ਤਿਆਰ ਨਹੀਂ ਕਰ ਸਕਦਾ। ਜੇਕਰ ਇਹਨੂੰ ਕੋਈ ਆਪਦੀ ਮਾਲੀ ਸਹਾਇਤਾ ਕੀਤੀ ਜਾਵੇ ਜਾਂ ਕੋਈ ਸੰਸਥਾ ਜਾਂ ਕੋਈ ਫੈਕਟਰੀ ਵਾਲੇ ਇਹਨਾਂ ਨੂੰ ਲੈਣ ਆਪਦੇ ਨਾਲ ਰੱਖਣ, ਤਾਂ ਹੋ ਸਕਦਾ ਇਹ ਜਿਹੜਾ ਇੱਕ ਚੰਗਾ ਇੰਜੀਨੀਅਰ ਬਣ ਕੇ ਉੱਭਰੂਗਾ ਸਾਡੇ ਪਿੰਡ ਲਈ। ਪਹਿਲਾਂ ਤੋਂ ਜੀ ਇਹ 9ਵੀਂ ਕਲਾਸ 'ਚ ਪੜ੍ਹਦਾ ਸੀ ਉਦੋਂ ਵੀ ਇੱਕ ਬਹੁਤ ਵਧੀਆ ਡਿਵਾਈਸ ਤਿਆਰ ਕੀਤੀ ਸੀ ਨੇ, ਅਤੇ ਉਹ ਵੀ ਬਸ ਬਹੁਤ ਮਿਹਨਤੀ ਹੈ ਜੀ। ਅਤੇ ਨਾਲ ਮੈਂ ਵੀ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ, ਇੰਨੇ ਕਰਦੇ ਕਰਦੇ ਨਾਲ ਹੀ ਇਹ ਇਲੈਕਟ੍ਰੀਸ਼ਨ ਦਾ ਕੰਮ ਵੀ ਕਰਨ ਲੱਗ ਗਿਆ, ਪਲੰਬਰ ਦਾ ਵੀ ਕਰਨ ਲੱਗ ਗਿਆ, ਅਤੇ ਹੁਣ ਉਦੋਂ ਵਧੀਆ ਜੀ ਡਿਵਾਈਸ ਬਣਾਈ ਜਾਂਦਾ। ਕੀ ਕਹਿਣਾ ਤੁਹਾਡਾ ਇਹਦੇ ਸੰਬੰਧ ਵਿੱਚ ਕਿ ਅਜਿਹਾ ਕੰਮ ਕਰਦਾ ਹੈ, ਕਿੰਨਾ ਫਖਰ ਹੁੰਦਾ ਹੈ ਕਿ ਬੱਚਾ? ਬਹੁਤ ਮਾਣ ਹੈ ਜੀ। ਕੀ ਮੰਗ ਕੀ ਹੈ ਸਰਕਾਰ ਤੋਂ, ਕੀ ਮੰਗ ਕਰਦੇ? ਗਰੀਬ ਪਰਿਵਾਰ ਨਾਲ ਅੱਜ ਤੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹਾਂ ਜੀ, ਅਤੇ ਸਰਕਾਰ ਇਹਦਾ ਮਦਦ ਕਰੇਗੀ,